ਮੈਂ ਸਵਾ 100 ਕਿੱਲੇ ਦੀਆਂ ਵੱਟਾਂ ਲਿਪੀਆਂ ਜੀ ਇਹਦੇ ਨਾਲ। ਠੀਕ ਹੈ ਜੀ। ਅਤੇ ਮੈਂ ਸੁੱਕੀਆਂ ਵੀ ਅਤੇ ਪਾਣੀ ਛੱਡ ਕੇ ਵੀ ਲਿਪ ਕੇ ਦੇਖਿਆ ਜੀ, ਮਤਲਬ ਪਰਫੋਰਮੈਂਸ 100% ਹੈ ਜੀ, ਬਹੁਤ ਵਧੀਆ ਪਰਫੋਰਮੈਂਸ। ਬਾਕੀ ਇਹ ਜੀ ਲੇਬਰ ਮਿਲਦੀ ਨਹੀਂ ਗੀ, ਸਭ ਤੋਂ ਵੱਡੀ ਸਮੱਸਿਆ ਤਾਂ ਲੇਬਰ ਦੀ ਹੈ ਜੀ। ਹਾਂਜੀ, ਲੇਬਰ ਮਿਲਦੀ ਹੋਵੇ ਸਾਰੇ ਕੰਮ ਹੋ ਜਾਂਦੇ, ਜਦੋਂ ਲੇਬਰ ਨਹੀਂ ਮਿਲਦੀ ਤਾਂ ਫਿਰ ਆਪਾਂ ਨੂੰ ਮਤਲਬ ਇੱਧਰ ਆਉਣਾ ਹੀ ਪੈਣਾ ਜੀ। ਜਿਹੜਾ ਇਹ ਫੱਟਾ ਲੱਗਾ ਹੈ ਇਹ ਸੁਹਾਗਾ ਮਾਰੀ ਜਾਂਦਾ, ਇਹ ਕੱਦੂ ਕਰਨ ਵਾਸਤੇ, ਕੱਦੂ ਕਰਨ ਵਾਸਤੇ ਸਪੈਸ਼ਲ ਮਸ਼ੀਨ ਆ। ਜਿਹੜੇ ਏਰੀਏ ਦੇ ਵਿੱਚ ਜ਼ਮੀਨਾਂ ਪਾਣੀ ਘੱਟ ਖਾਂਦੀਆਂ ਵਾ, ਹਾਂਜੀ, ਉਹਨਾਂ ਲਈ ਇਹ ਬਹੁਤ ਵਰਦਾਨ ਵਾਲੀ ਚੀਜ਼ ਆ। ਇਹਦੀ ਲੰਬਾਈ 9 ਫੁੱਟ ਆ ਜੀ, ਔਰ ਜਿਹੜਾ ਇਹਨੂੰ 35 horsepower ਟਰੈਕਟਰ ਵੀ ਚਲਾ ਸਕਦਾ 9 ਫੁੱਟ ਨੂੰ। ਆਮ ਜਿਹੜੀਆਂ ਨੋਰਮਲ ਰੋਟਾਵੇਟਰ ਆ ਉਹਨੂੰ ਤਕਰੀਬਨ 50 to 55 HP 9-10 ਫੁੱਟ ਨੂੰ ਚਾਹੀਦਾ ਵਾ। ਸਤਿ ਸ਼੍ਰੀ ਅਕਾਲ ਜੀ, ਅੱਜ ਨਾ ਆਪਾਂ ਤੁਹਾਡੇ ਲਈ ਇੱਕ ਨਵੀਂ ਚੀਜ਼ ਲੈ ਕੇ ਆਏ ਹਾਂ, ਵੱਟਾ ਪਾਉਣ ਵਾਲਾ ਜਿੰਦਰਾ। ਆਮ ਹੀ ਤੁਸੀਂ ਦੇਖਿਆ ਹੋਊਗਾ, ਲੇਕਿਨ ਇਹ ਉਹ ਵਾਲਾ ਨਹੀਂ, ਇਹ ਉਸ ਤੋਂ ਅਗਲੀ ਅਪਡੇਟ ਆ, ਬਿਲਕੁਲ ਨਵੇਂ ਜ਼ਮਾਨੇ ਦੀ ਹੈ ਜੀ। ਨਾਲ ਦੀ ਨਾਲ ਵੱਟਾਂ ਪੋਚਦੀ ਵੀ ਆ, ਅਤੇ ਆਪਾਂ ਡਿਟੇਲ ਲੈਂਦੇ ਹਾਂ। ਬਾਈ ਜੋਗਾ ਸਿੰਘ ਆਪਣੇ ਨਾਲ ਹੋਣਗੇ ਜੀ, ਜੋ ਕਿ ਸੁਲਤਾਨਪੁਰ ਲੋਧੀ ਇਹਨਾਂ ਦੀ ਸ਼ੋਰੂਮ ਹੈ, ਇਹਨਾਂ ਦਾ ਸ਼ਕਤੀਮਾਨ ਦਾ ਥਿੰਦ ਮਸ਼ੀਨਰੀ ਸਟੋਰ। ਸਤਿ ਸ਼੍ਰੀ ਅਕਾਲ ਜੀ, ਇਹਦੇ ਬਾਰੇ ਥੋੜ੍ਹਾ ਬੇਸਿਕ ਜਾਣਕਾਰੀ ਦਿਓ ਜੀ। ਦੇਖੋ, ਇਹਨੂੰ ਅੰਗਰੇਜ਼ੀ ਦੇ ਵਿੱਚ ਰਿਜ ਪਲਾਸਟਰ ਕਹਿੰਦੇ ਆ। ਠੀਕ ਹੈ ਜੀ। ਠੀਕ ਹੈ ਜੀ। ਮੇਨ ਇਹਦਾ ਕੰਮ ਆ ਝੋਨੇ ਦੀਆਂ ਵੱਟਾਂ ਨੂੰ ਮਿੱਟੀ ਜਿਹੜੀ ਲਾਉਣ ਦੀ, ਲੇਬਰ ਦੀ ਸਮੱਸਿਆ ਇੰਨੀ ਗਰਮੀ 'ਚ, ਉਹਨੂੰ ਬਿਲਕੁਲ ਖਤਮ ਕਰ ਦਿੰਦੀ ਆ ਮਸ਼ੀਨ ਇਹ। ਜਿਹੜੇ ਵੱਡੇ ਫਾਰਮਰ ਆ, ਲਗਭਗ 50 acres ਤੋਂ ਉੱਪਰ ਦੀ ਖੇਤੀ ਕਰਦੇ, ਉਹਨਾਂ ਵਾਸਤੇ ਇਹ ਮਸ਼ੀਨ ਵਰਦਾਨ ਸਾਬਤ ਹੋਊਗੀ। ਜਿਵੇਂ ਕਈ ਦੇ ਨਾਲ ਆਪਾਂ ਅੱਗੇ ਵੱਟਾ ਪੋਚਦੇ ਹੁੰਦੇ ਸੀ ਨਾ, ਚੱਕ ਚੱਕ ਕੇ, ਉਹ ਚੀਜ਼ ਇਹ ਕਰ ਰਹੀ ਆ। ਕਈ ਦੇ ਨਾਲ ਜਿਹੜਾ ਕੋਲਾ ਕੰਮ ਕਰਨ ਵਾਲਾ ਵਾ ਉਹ ਖਤਮ ਆ, ਸਿਰਫ ਤੇ ਸਿਰਫ ਹੁਣ ਤੁਸੀਂ ਟਰੈਕਟਰ ਦੇ ਮਗਰ ਮਸ਼ੀਨ ਪਾਓ ਔਰ ਪਾਣੀ ਖੇਤ 'ਚ ਛੱਡ ਕੇ ਅਤੇ ਮਿੱਟੀ ਲਾ ਦਿਓ। ਅਤੇ ਇਹ ਵੱਟ ਪਹਿਲਾਂ ਪਾਉਣੀ ਪੈਂਦੀ ਆ ਦੂਸਰੇ ਜਿੰਦਰੇ ਨਾਲ, ਜਾਂ ਇਹ ਨਾਲ ਦੀ ਨਾਲ ਹੀ ਪਾ ਦਿੰਦੇ? 2 ਤਰ੍ਹਾਂ ਦਾ ਵਾ ਇਹਦੇ ਵਿੱਚ ਸਿਸਟਮ। ਜੇ ਤਾਂ ਅਸੀਂ ਸੁੱਕੇ ਦੇ ਵਿੱਚ ਆਡਾਂ ਪਾਉਣੀਆਂ, ਵੱਟਾਂ ਪਾਉਣੀਆਂ, ਉਹ ਵੀ ਇਹ ਮਸ਼ੀਨ ਪਾਊਗੀ। ਅੱਛਾ। ਜੇ ਤੁਹਾਡੀਆਂ ਪੱਕੀਆਂ ਵੱਟੀਆਂ ਵੱਟਾਂ ਵਾ ਜਿਹੜੀਆਂ ਬਾਹਰ ਗੁਆਂਢੀਆਂ ਦੇ ਨਾਲ, ਉਹਨਾਂ ਦੇ ਉੱਪਰ ਵੀ ਮਿੱਟੀ ਲਾਉਣੀ ਆ, ਅਤੇ ਇਹ ਨਾ ਤਾਂ ਗੁਆਂਢੀਆਂ ਵਾਲੀ ਵੱਟ ਨੂੰ ਵੱਢੂਗੀ ਅਤੇ ਨਾ ਜਿਹੜਾ ਵਾ ਉਹਦੇ 'ਤੇ ਜ਼ਿਆਦਾ ਕਰੂਗੀ। ਬਿਲਕੁਲ ਜਿੱਥੋਂ ਦੀ ਇਹਨੇ ਚੱਲਣਾ ਵਾ, ਇੱਕ ਸਾਰ ਚੱਲਣਾ ਇਹਨੂੰ। ਇੱਕ ਸ਼ਰਤ ਆ ਇਹਦੀ ਕਿ ਇਹਨੂੰ ਟਰੈਕਟਰ 4x4 ਚਾਹੀਦਾ। ਅੱਛਾ, ਇਹ ਜ਼ਿਆਦਾ HP ਦਾ ਚਾਹੀਦਾ? HP ਦਾ ਨਹੀਂ ਕੋਈ ਮਸਲਾ, 4x ਚਾਹੀਦਾ, ਜਿਹਦਾ ਕਰਕੇ ਕਿਉਂਕਿ ਜਿਹਦਾ ਇਹਦਾ ਰੂਟਾਵੇਟਰ ਕਹਿ ਲਓ ਜਿਹੜੀ ਆ ਮਸ਼ੀਨ ਆ, ਉਹ ਇੱਕ ਸਾਈਡ 'ਤੇ ਚੱਲਦੀ ਆ, ਇੱਕ ਸਾਈਡ 'ਤੇ ਚੱਲਣ ਕਰਕੇ ਉਹ ਮਿੱਟੀ ਬਾਹਰ ਨੂੰ ਕੱਢਦੀ ਆ। ਜਦੋਂ ਬਾਹਰ ਨੂੰ ਕੱਢੂਗੀ ਤਾਂ ਟਰੈਕਟਰ ਨੂੰ ਨੈਚੁਰਲੀ ਆ ਧੱਕੇਗੀ। ਠੀਕ ਹੈ ਜੀ। ਅਤੇ ਉਹਦੇ ਕਰਕੇ ਜਿਹੜਾ ਵਾ ਉਹਨੂੰ 4x4 ਟਰੈਕਟਰ ਜਿਹੜਾ ਵਾ ਉਹ ਚਾਹੀਦਾ ਵਾ। ਠੀਕ ਹੈ, ਠੀਕ। ਪਾਵਰ ਦਾ ਕੋਈ ਇਸ਼ੂ ਨਹੀਂ ਗਾ, ਭਾਵੇਂ 45 HP ਹੋਵੇ ਕੋਈ ਦਿੱਕਤ ਨਹੀਂ। ਆਓ, ਜਿਹਦੇ ਹੁਣ 50 acres ਹੈਗੀ ਉਹਦੇ ਕੋਲ ਅੱਜ ਕੱਲ੍ਹ 4-wheel ਤਾਂ ਹੁੰਦੀ, 4-wheel ਆਮ ਨੋਰਮਲ ਜੀ ਗੱਲ ਆ, ਨੋਰਮਲ ਹੋ ਗਈ ਗੱਲ। ਠੀਕ ਹੈ ਜੀ। ਔਰ ਸੈਕਿੰਡ, ਜੇ ਤੁਸੀਂ ਮਾਰਕੀਟ ਦੇ ਵਿੱਚ ਕੁਝ ਕੰਪਨੀਆਂ ਮਸ਼ੀਨਾਂ ਹੋਰ ਵੀ ਲੈ ਕੇ ਆਈਆਂ, ਇਹਦਾ ਐਡਵਾਂਟੇਜ ਕੀ ਆ? ਇੱਕ ਤਾਂ ਇਹ ਜੈਕ ਲੱਗਾ ਹੈ ਇਹਨੂੰ ਫੋਲਡ ਕਰਨ ਵਾਸਤੇ ਅਤੇ ਇਹਨੂੰ ਡੈਪਥ ਦੇਣ ਵਾਸਤੇ। ਦੂਜਾ ਇੱਕ ਇਹ ਹਾਈਡਰੋਲਿਕ ਜੈਕ ਕੰਪਨੀ ਨੇ ਲਾਇਆ ਵਾ, ਵੱਟ ਨੂੰ ਤੁਸੀਂ ਉੱਚੀ ਕਿੰਨੀ ਕਰਨਾ, ਨੀਵੀਂ ਕਿੰਨੀ ਕਰਨਾ ਵਾ, ਇਹ ਪਹਿਲੀ ਵਾਰ ਆ ਕਿਸੇ ਵੀ ਕੰਪਨੀ ਨੇ ਨਹੀਂ ਇਹ ਫੀਚਰ ਦਿੱਤਾ। ਅੱਛਾ। ਠੀਕ ਹੈ ਜੀ। ਉਹਦੀ ਟੌਪ ਉਹਨੂੰ ਟੌਪ ਉਹਦਾ, ਕਿਉਂ ਕੁਝ ਏਰੀਏ ਦੇ ਵਿੱਚ ਜਿਹੜਾ ਵਾ ਉਹ ਪਾਣੀ ਵੱਟਾਂ ਜ਼ਿਆਦੀਆਂ ਉੱਚੀਆਂ ਚਾਹੀਦੀਆਂ ਵਾ, ਜੇ ਤਾਂ ਰੇਤਲੀਆਂ ਜ਼ਮੀਨਾਂ ਵਾ ਉੱਥੇ ਵੱਟ ਉੱਚੀ ਬਣਾਉਣੀ ਪੈਂਦੀ ਆ ਕਿ ਖੁਰ ਨਾ ਜਾਵੇ, ਉਹਦੇ ਵਾਸਤੇ ਤੁਸੀਂ ਇਹਦੀ ਡੈਪਥ ਜਿਹੜੀ ਆ ਉਹ ਅਪ ਡਾਊਨ ਕਰ ਸਕਦੇ ਆ। ਤੇ ਵੱਟਾਂ ਦੇ ਦੋਨੋਂ ਪਾਸੇ ਇੱਕੇ ਵਾਰੀ ਲਾ ਦਿੰਦੇ ਮਿੱਟੀ ਜਾਂ ਦੋ ਗੇੜੇ ਲਾਉਣੇ ਪੈਂਦੇ? ਦੋਨੋਂ ਸਾਈਡ ਇੱਕੇ ਵਾਰੀ ਨਹੀਂ ਲਾਉਂਦੀ, ਇੱਕ ਸਾਈਡ ਤੋਂ
ਜਿਹੜਾ ਲਾ ਕੇ ਦੂਜਾ ਜਿਹੜਾ ਸਾਈਡ ਆ ਉਹਨੂੰ ਪਲਸਤਰ ਕਰ ਦਿੰਦੀ ਆ, ਤੇ ਵੱਟ ਦਾ ਸਾਈਜ਼ ਵੀ ਤੁਸੀਂ ਜਿਹੜਾ ਮਰਜ਼ੀ ਕਰ ਸਕਦੇ ਆ, ਇਹ ਵੱਡਾ ਛੋਟਾ ਹੋ ਜਾਂਦਾ, ਵੱਟ ਦਾ ਸਾਈਜ਼ ਵੀ ਵੱਡਾ ਛੋਟਾ ਕਰ ਸਕਦੇ ਆ। ਦੂਜਾ ਜੇ ਇਹਦੀ ਖਾਸ ਚੀਜ਼ ਜਿਹੜਾ ਡਿਜ਼ਾਈਨ ਆ ਇਹਦਾ, ਇਹ ਤੁਸੀਂ ਦੇਖੋਗੇ ਦੋ ਰੰਗ ਦੀਆਂ ਇਹ ਪਲੇਟਾਂ ਲੱਗੀਆਂ ਹੋਈਆਂ, ਇਹਨਾਂ ਦੇ ਅੰਦਰ ਵਾਰ ਸਪਰਿੰਗ ਆ, ਇਹ ਹਲਕੀ ਜਿਹੀ ਤੜ ਦਿੰਦੇ ਆ ਜਿੱਦਾਂ ਆਪਾਂ ਹੱਥ ਨਾਲ ਪੋਚਾ ਲਾਉਣੇ ਨਾ, ਇਸ ਤਰੀਕੇ ਨਾਲ ਇਹਨੂੰ ਲਿਪੜਦੀ ਉਹਨੂੰ, ਹਾਂਜੀ ਇਹਨੂੰ ਲਿਪੜਦੀ ਕਈ ਦੇ ਨਾਲ, ਹਾਂਜੀ ਹਾਂਜੀ ਹਾਂ, ਜਿਹੜਾ ਲਿਪੜਨ ਵਾਲਾ ਕੰਮ ਆ ਉਹ ਕਰਦੀ ਹੈ। ਓਕੇ ਠੀਕ ਹੈ, ਕਾਫੀ ਐਡਵਾਂਸ ਮਸ਼ੀਨ ਆ। ਔਰ ਜੇ ਲੋਡ ਦੀ ਗੱਲ ਕਰੀਏ ਤੇ ਟਰੈਕਟਰ ਦੇ ਲੋਡ ਜਿਹੜਾ ਉਹ ਭਾਵੇਂ 15 HP ਦਾ ਹੋਵੇ ਉਹ ਵੀ ਚਲਾਈ ਜਾਊਗਾ ਇਹਨੂੰ, ਪਰ ਚਾਹੀਦਾ 4-wheel ਆ, ਚਾਹੀਦਾ 4-wheel ਆ, ਠੀਕ ਆ, 4-wheel ਜ਼ਰੂਰੀ ਆ, ਛੋਟਾ ਲਿਫਟ ਦਾ ਨਹੀਂ ਕੋਈ ਇਸ਼ੂ ਹੈਗਾ। ਅੱਛਾ, ਇਹਨੂੰ 1500-1600 kg ਵਾਲੀ ਲਿਫਟ ਜਿਹੜੀ ਆ ਉਹ ਚੱਲ ਚੱਕਦੀ ਆ, ਠੀਕ ਆ, ਹਾਂਜੀ ਵੇਟ ਨਹੀਂ ਜ਼ਿਆਦਾ ਹੈਗਾ ਕਿਉਂਕਿ ਵੇਟ ਸਾਰਾ ਨੇੜੇ ਆ। ਇਹਦੇ ਜਿਹੜੇ ਆ ਕੰਟਰੋਲਰ ਇਹ ਇਹ ਆਏ ਦਿੱਤੇ ਹੋਏ ਆ ਨਾ ਹਾਈਡਰੋਲਿਕ ਦਾ ਸਾਰੇ, ਇਹ ਸਿਵ ਜੀ ਜਿਹੜਾ ਹਾਈਡਰੋਲਿਕ ਆ, ਇੱਕ ਜੈਕ ਇਹ ਵਾ ਇੱਕ ਇਹ ਆ, ਦੋਨਾਂ ਜੈਕਾਂ ਨੂੰ ਕੰਟਰੋਲ ਕਰਨ ਵਾਸਤੇ ਇਹ ਜਿਹੜਾ ਸਿਸਟਮ ਦਿੱਤਾ ਗਿਆ ਵਾ, ਠੀਕ ਆ, ਕਿਉਂਕਿ ਡਰਾਈਵਰ ਟਰੈਕਟਰ ਤੇ ਬੈਠਾ ਹੀ ਇਹਨੂੰ ਜਿੰਨਾ ਮਰਜ਼ੀ ਵੱਟ ਦੀ ਸ਼ੇਪ ਨੂੰ ਚੇਂਜ ਕਰਨਾ ਵਾ ਉਹ ਕਰ ਸਕੇ। ਓਕੇ 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 ਠੀਕ ਆ ਠੀਕ ਆ। ਇਹਦੀ ਕੀਮਤ ਕਿੰਨੀ ਕਰੂਗੀ ਜੀ? ਇਹਦੀ ਕੀਮਤ ਜਿਹੜੀ ਆ 3.5 lakh ਕੀਮਤ ਆ, ਸਬਸਿਡੀ ਅਪਰੂਵ ਆ, ਲੇਕਿਨ ਸਬਸਿਡੀ ਇਸ ਵੇਲੇ ਇਹ ਕਿਸੇ ਸਕੀਮ ਦੇ ਵਿੱਚ ਹੈ ਨੀਗਾ, ਪੰਜਾਬ ਦੇ ਵਿੱਚ ਇਸ ਵੇਲੇ ਹੈ ਨਹੀਂ, ਇਸ ਵੇਲੇ ਨਹੀਂ ਹੈਗਾ। 1 lakh rupees ਜਿਹੜੀ ਸਬਸਿਡੀ ਆ ਇਹਦੇ ਤੇ ਸਰਕਾਰ ਦੇ ਰਹੀ ਆ, ਠੀਕ ਆ ਜੀ। ਹਾਂਜੀ, ਇਹ ਮਸ਼ੀਨ ਵੈਸੇ ਕਿੱਥੋਂ ਦੀ ਬਣੀ ਹੋਈ? ਇਹ ਮਸ਼ੀਨ ਤਾਮਿਲਨਾਡੂ ਦੀ ਕੰਪਨੀ ਆ, JS ਐਗਰੋ ਇਤਫਾਕ ਦੇ ਨਾਲ, ਆਪਣੀ ਵੀ ਇੱਕ ਫਰਮ ਦਾ ਨਾਂ JS ਐਗਰੋ ਹੀ ਆ, ਠੀਕ ਆ। ਔਰ ਇਹ ਕੰਪਨੀ ਜਿਹੜੀ ਆ 2009 ਤੋਂ ਇਹ ਮਸ਼ੀਨ ਨੂੰ ਵੇਚ ਰਹੀ ਆ, ਬਣਾ ਰਹੀ ਆ, ਯਾਨੀ ਇਹ ਨਹੀਂ ਕੋਈ ਨਵੀਂ ਕਾਰਡ ਆ ਆਪਣੇ ਨਾਲ। ਅਸਲ ਵਿੱਚ ਤਾਂ ਆਪਾਂ ਨੂੰ ਤਾਂ ਹੁਣ ਹੀ ਪਤਾ ਲੱਗਾ ਜਦੋਂ ਇੰਸਟਾਗ੍ਰਾਮ ਤੇ ਰੀਲਾਂ ਆਈਆਂ ਵਾਇਰਲ ਹੋਈਆਂ, ਜੋ ਉਦੋਂ ਉਸ ਤੋਂ ਬਾਅਦ ਹੀ ਆਪਣੇ ਏਰੀਆ ਵਿੱਚ ਪਤਾ ਲੱਗਾ ਆਪਣੇ ਜਿਹੜਾ ਵਾ ਹੁਣ ਇਹ ਚੀਜ਼ਾਂ ਆਜ਼ਾਦ ਹੋਈਆਂ ਵਾ, ਲੇਕਿਨ ਤਾਮਿਲਨਾਡੂ ਦੇ ਵਿੱਚ ਝੋਨਾ ਜਿਹੜਾ ਉਹ 3 times ਲੱਗਦਾ ਵਾ। ਅੱਛਾ, ਉਹਦਾ ਕਰਕੇ ਉਹਨਾਂ ਨੂੰ ਬਹੁਤ ਜ਼ਿਆਦਾ ਲੇਬਰ ਦੀ ਲੋੜ ਪੈਂਦੀ ਆ, ਔਰ ਉਹ ਫਿਰ ਉਹ ਟੋਟਲੀ ਮਸ਼ੀਨੀ ਕਰਨ ਤੇ ਆਏ ਹੋਏ ਆ। ਠੀਕ ਆ ਜੀ, ਹਾਂਜੀ ਠੀਕ ਆ ਠੀਕ ਆ। ਜ਼ਿਆਦਾ ਸਿਰਫ ਝੋਨੇ ਦੀ ਵੱਟ ਦੇ ਵਿੱਚ ਹੀ ਆਪਾਂ ਜ਼ਿਆਦਾ ਵਰਤਦੇ ਹਾਂ? ਨਹੀਂ, ਝੋਨੇ ਦੀ ਵੱਟ ਦੇ ਵਿੱਚ ਵੀ ਆ, ਜਿੱਦਾਂ ਆਲੂਆਂ ਵਾਲੀਆਂ ਵੱਟਾਂ ਵਾ ਜਿਹੜੇ ਵੱਡੇ ਫਾਰਮਰ ਆ ਉੱਥੇ, ਉਹਨਾਂ ਨੂੰ ਵੀ ਬਹੁਤ ਵਧੀਆ ਤਰੀਕੇ ਨਾਲ ਇਹ ਤਿਆਰ ਕਰ ਦਿੰਦੀ ਆ। ਆਡਾਂ ਪਾਉਣੀਆਂ ਵਾ ਉਹ ਵੀ ਬਹੁਤ ਪ੍ਰੈਸ ਕਰ ਦਿੰਦੀ ਆ, ਜਦੋਂ ਆਪਾਂ ਆਲੂਆਂ ਨੂੰ ਪਾਣੀ ਲਾਵਾਂਗੇ ਤਾਂ ਉਹ ਵੱਟਾਂ ਖੁਰਨਗੀਆਂ। ਜਿਵੇਂ ਆਡਾ ਹੁਣ ਆਪਾਂ ਪਾਉਣੀ ਆ ਤੇ ਉਹ ਘੱਟ ਤੋਂ ਘੱਟ ਕਿੰਨੀ ਉਹਦੀ ਰਹਿ ਜਾਂਦੀ ਆ? ਆਪਾਂ ਨੋਰਮਲ ਆਡ ਜਿੰਨਾ ਹੀ ਸਾਈਜ਼ ਹੋ ਜਾਂਦਾ, ਪਹਿਲਾਂ ਇੱਕ ਗੇੜਾ ਲੱਗਦਾ ਵਾ, ਵਾਰ-ਵਾਰ ਬਣ ਜਾਂਦੀ ਆ, ਦੂਜਾ ਟਾਇਰ ਜਿਹੜਾ ਵਾ ਵਿੱਚ ਕਰ ਦਈਦਾ ਆਡ ਦੇ। ਅੱਛਾ, ਉਹ ਜਿੰਨਾ ਟਾਇਰ ਨੂੰ ਸਪੇਸ ਚਾਹੀਦੀ ਉਹਨਾਂ ਹੀ ਰਹਿਣਾ ਵਾ। ਟਾਇਰ ਨੂੰ ਤਾਂ ਘੱਟੋ ਘੱਟ ਤਾਂ ਇੰਨਾ ਕੁ ਤਾਂ ਹੁੰਦੀ ਆ, ਇੰਨੀ ਆਡ ਆਪਾਂ ਨੋਰਮਲ ਰੱਖਦੇ ਹਾਂ, ਉਹ ਕੋਈ ਏਡਾ ਵੱਡਾ ਤੇ ਚੌੜਾ ਜਿੰਨਾ ਮਰਜ਼ੀ, ਚੌੜਾ ਜਿੰਨਾ ਮਰਜ਼ੀ ਕਰ ਸਕਦੇ ਹਾਂ ਜੀ। ਠੀਕ ਹੈ ਠੀਕ ਹੈ। ਔਰ ਇਹਨੂੰ ਆਹ ਜਿਹੜੀ ਡਿਸਕ ਦਿੱਤੀ ਹੋਈ ਆ, ਇਹ ਵੀ ਮਿੱਟੀ ਦੇ ਵਿੱਚ ਖੁੱਭ ਕੇ ਚੱਲਦੀ ਆ, ਤਾਂ ਕਿ ਜਿਹੜੀ ਲਾਈਨ ਆ ਉਹ ਸਿੱਧੀ ਜਾਵੇ, ਇੱਦਾਂ ਨਹੀਂ ਵੀ ਅੱਗੇ ਪਿੱਛੇ ਹੋ ਜਾਊਗਾ। ਓਕੇ ਠੀਕ ਹੈ ਜੀ। ਔਰ ਇਹ ਫੁੱਲ ਗੇਅਰ ਡਰਾਈਵ ਆ, ਕੋਈ ਚੈਨ ਦਾ ਨਹੀਂ ਇਹਦੇ ਵਿੱਚ ਹੈਗਾ। ਅੱਛਾ, ਗਰਾਰੀ ਨੂੰ ਅੱਗੇ ਗਰਾਰੀ ਗੇੜਦੀ ਆ, ਤਾਂ ਕਿ ਇਹਦੀ ਮੇਰੇ ਕਹਿਣ ਤੋਂ ਭਾਵ ਵੀ 0 ਮੈਂਟੇਨੈਂਸ ਆ, ਕੋਈ ਇਹ ਨਹੀਂ ਹੈਗਾ ਵੀ ਜਿਹੜਾ ਤੇਲ ਵਗੈਰਾ ਚੇਂਜ ਕਰਨਾ ਪਊਗਾ, ਕੁਛ ਨਹੀਂ ਹੈਗਾ। ਔਰ ਸੈਕੰਡ ਇਹਦੇ 'ਚ ਇੱਕ ਖਾਸ ਖਿਆਲ ਰੱਖਿਆ ਗਿਆ ਵਾ, ਜਿਹੜੇ ਇਹਦੇ ਪਾਰਟ ਆ ਉਹ ਲੋਕਲ ਰੋਟਾਵੇਟਰ ਟਾਈਪ ਮਸ਼ੀਨ ਦੇ ਪਾਏ ਗਏ ਆ, ਜਿਹੜੇ ਤੁਹਾਨੂੰ ਕੱਲ੍ਹ ਨੂੰ ਕਿਸੇ ਵੀ ਫਾਰਮਰ ਨੂੰ ਦਿੱਕਤ ਨਾ ਆਵੇ ਸਪੇਅਰ ਪਾਰਟ ਦੀ। ਜਿਵੇਂ ਰੋਟਾਵੇਟਰ ਦੇ ਆਪਾਂ ਨੂੰ ਚੱਕਰ ਮਿਲਨੇ ਪੈਂਦੇ ਆ ਬੀਟੀਓ ਦੇ ਨਾਲ, ਹਾਂਜੀ, ਇਹਦਾ ਵੀ ਕੁਛ ਇਸ ਤਰ੍ਹਾਂ ਕਰਨਾ ਪੈਂਦਾ? ਨਹੀਂ, ਇਹਦੇ RPM ਕੋਈ ਜ਼ਿਆਦਾ RPM ਦੀ ਲੋੜ ਹੀ ਨਹੀਂ ਹੈਗੀ ਇਹਨੂੰ, ਕੀ ਲੋੜ? ਅੱਛਾ, ਔਰ ਨੋਰਮਲ RPM ਤੇ ਹੀ ਚੱਲਦਾ ਵਾ, ਠੀਕ ਆ। ਦੂਜਾ ਜਿੱਦਾਂ ਸਿਵ ਦੀ ਵੱਟਾਂ ਦੇ ਬੰਨੇ ਆਪਾਂ ਛਾਂਗਦੇ ਹਾਂ, ਉਹ ਛਾਂਗਣ ਦੀ ਵੀ ਲੋੜ ਨਹੀਂ, ਘਾਹ ਬੂਟ ਉਹ ਨਾਲ ਹੀ, ਇਹ ਤੁਸੀਂ ਇੱਧਰ ਦੇਖੋਗੇ ਛਾਂਗਣ ਦਾ ਵੀ ਕੰਮ ਕਰਦੀ ਆ, ਜਿਵੇਂ ਆਪਾਂ ਕਈ ਦੇ ਨਾਲ ਉਹਨੂੰ ਖੱਬਲ ਚੜ੍ਹ, ਠੀਕ ਆ, ਇਹ ਪੁੱਠਾ ਉਲਟਾ ਚੱਲਦਾ ਵਾ, ਨਾਲ ਹੀ ਇਹ ਬੰਨਿਆਂ ਨੂੰ ਛਾਂਗੀ ਵੀ ਜਾਂਦਾ ਵਾ, ਔਰ ਉਹਦੇ ਤੇ ਮਿੱਟੀ ਵੀ ਲਾਈ ਜਾਂਦੀ, ਨਾਲ ਦੀ ਨਾਲ ਕੰਮ ਹੋਈ ਜਾਣਾ ਇਹ, ਦੋਨੋਂ ਕੰਮ ਇਕੱਠੇ ਹੋਈ ਜਾਂਦੇ ਆ, ਠੀਕ ਆ। ਤੇ ਜੇ ਨਵੀਂ ਵੱਟ ਆ ਉਦੋਂ ਆਪਾਂ ਇਹਨੂੰ ਬੰਦ ਵੀ ਕਰ ਸਕਦੇ ਹਾਂ?
ਇਹੋ ਹੀ ਮਿੱਟੀ ਦਿੰਦਾ ਵਾ ਇਹਨੂੰ, ਇਹੋ ਹੀ ਬਲੇਡ ਜਿਹੜੇ ਆ ਉਹਨੂੰ ਮਿੱਟੀ ਦਿੰਦੇ ਆ ਜੀ। ਓਕੇ ਓਕੇ ਹਾਂਜੀ, ਇਹੋ ਹੀ ਬਲੇਡ ਇਹਨੂੰ ਮਿੱਟੀ ਦਿੰਦੇ ਆ ਜੀ। ਸਹੀ ਆ ਜੀ। ਤੇ ਜੇ ਆਪਾਂ ਇੱਕ ਇੱਕ ਦਿਨ ਦੀ ਗੱਲ ਕਰਦੇ, ਇੱਕ ਦਿਨ ਵਿੱਚ ਦੀ ਕਿੰਨਾ ਕੰਮ ਕਰ ਦਿੰਦੀ ਹੈ? ਇਹ ਤਾਂ 10 ਮਿੰਟ ਲੱਗਦੇ ਆ ਜੀ ਖੇਤ ਨੂੰ, ਬਸ ਜਿੰਨਾ ਰੋਟਾਵੇਟਰ ਦੀ ਸਪੀਡ ਤੇ ਟਰੈਕਟਰ ਖੇਤ 'ਚ ਚੱਲਦਾ ਉਸੇ ਸਪੀਡ ਤੇ ਗੇੜਾ ਲੱਗ ਗਿਆ ਤੇ ਵੱਟ ਤਿਆਰ ਆ। ਸੇਵਕ ਜੀ ਭੁੱਲਰ ਸਾਹਿਬ ਨੂੰ ਆਪਾਂ ਇੱਕ ਮਸ਼ੀਨ ਦਿੱਤੀ ਸੀ 5-6 ਦਿਨ ਪਹਿਲਾਂ, ਇਹਨਾਂ ਨੇ ਕਾਫੀ ਏਰੀਆ ਦੇ ਵਿੱਚ ਉੱਤੇ ਕੰਮ ਕੀਤਾ ਵਾ, ਔਰ ਉਹਨਾਂ ਇਹਨਾਂ ਵੱਲ ਵੇਖ ਕੇ ਹੀ ਅੱਜ ਚੱਠਾ ਸਾਹਿਬ ਨੇੜੇ ਆ, ਚੱਠਾ ਸਾਹਿਬ ਲੈ ਕੇ ਜਾ ਰਹੇ ਆ ਮਸ਼ੀਨ ਇਹ। ਹਾਂਜੀ, ਔਰ ਇਹ ਤੁਹਾਨੂੰ ਦੱਸਣਗੇ ਕਿਸ ਤਰ੍ਹਾਂ ਦੀ ਇਹਦੀ ਵਰਕਿੰਗ ਆ। ਕਿਵੇਂ ਲੱਗੀ ਜੀ ਮਸ਼ੀਨ ਤੁਹਾਨੂੰ? ਮੇਰਾ ਨਾਮ ਰੁਪਿੰਦਰ ਸਿੰਘ ਹੈ ਜੀ, ਪਿੰਡ ਹੈਬਤਪੁਰ ਢਿਲਵਾਂ ਬਲਾਕ ਤੋਂ ਜੀ। ਹਾਂਜੀ। ਅਤੇ ਮੈਂ 125 ਕਿੱਲੇ ਦੀਆਂ ਵੱਟਾਂ ਲਿਪੀਆਂ ਜੀ ਇਹਦੇ ਨਾਲ। ਠੀਕ ਹੈ ਜੀ। ਅਤੇ ਮੈਂ ਸੁੱਕੀਆਂ ਵੀ ਅਤੇ ਪਾਣੀ ਛੱਡ ਕੇ ਵੀ ਲਿਪ ਕੇ ਦੇਖਿਆ ਜੀ, ਮਤਲਬ ਪਰਫੋਰਮੈਂਸ 100% ਹੈ ਜੀ, ਬਹੁਤ ਵਧੀਆ ਪਰਫੋਰਮੈਂਸ। ਠੀਕ ਹੈ। ਹਾਂਜੀ, ਮੇਰੇ ਖਿਆਲ ਕਈ ਦੇ ਨਾਲ ਤਾਂ ਆਪਾਂ ਉਹ ਜੀ ਨਹੀਂ ਲਿਪ ਸਕਦੇ, ਨਹੀਂ ਲਿਪ ਸਕਦੇ ਜੀ, ਕਈ ਨਾਲ ਨਹੀਂ ਆਪਾਂ ਉੱਦਾਂ ਦੀ ਲਿਪ ਸਕਦੇ ਜੀ। ਹਾਂਜੀ ਹਾਂਜੀ, ਬੰਦਾ ਹੁੰਦਾ ਥੱਕ ਜਾਂਦਾ ਹੈ। ਹਾਂਜੀ 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 ਹਾਂਜੀ, ਬਾਕੀ ਇਹ ਜੀ ਲੇਬਰ ਮਿਲਦੀ ਨਹੀਂ ਗੀ, ਸਭ ਤੋਂ ਵੱਡੀ ਸਮੱਸਿਆ ਤਾਂ ਲੇਬਰ ਦੀ ਹੈ ਜੀ। ਸਹੀ ਹੈ। ਹਾਂਜੀ, ਲੇਬਰ ਮਿਲਦੀ ਹੋਵੇ ਸਾਰੇ ਕੰਮ ਹੋ ਜਾਂਦੇ, ਜਦੋਂ ਲੇਬਰ ਨਹੀਂ ਮਿਲਦੀ ਤਾਂ ਫਿਰ ਆਪਾਂ ਨੂੰ ਮਤਲਬ ਇੱਧਰ ਆਉਣਾ ਹੀ ਪੈਣਾ ਜੀ। ਹਾਂਜੀ ਹਾਂਜੀ, ਅਤੇ ਨਾਲ ਆਪਣੇ ਦੋਸਤ ਨੂੰ ਵੀ ਇਹ ਦੁਆ ਦਿੱਤੀ। ਹਾਂਜੀ ਹਾਂਜੀ, ਆਓ ਜੀ ਮਹਾਰਾਜ, ਚੜਾ ਸਾਹਿਬ ਆਓ, ਆਓ ਜੀ, ਆਓ ਸਰ, ਫੋਟੋ ਕਰੋ। ਠੀਕ ਹੈ ਜੀ। ਸੇਵਕ ਜੀ, ਅੱਜ ਇੱਕ ਜ਼ਿਲ੍ਹਾ ਲੈਵਲ ਦਾ ਕਿਸਾਨ ਮੇਲਾ ਸੀਗਾ ਡਿਸਟ੍ਰਿਕਟ ਕਪੂਰਥਲਾ ਦਾ ਜੀ, ਪਿੰਡ ਨਰਾਲਾ ਦੇ ਵਿੱਚ। ਠੀਕ ਹੈ। ਔਰ ਇੱਥੇ ਅੱਜ ਆਪਾਂ ਸ਼ਕਤੀਮਾਨ ਦੀਆਂ ਫੁੱਲ ਰੇਂਜ ਲੈ ਕੇ ਆਏ ਸੀ, ਔਰ ਇੱਥੇ ਮੇਲੇ ਦੇ ਵਿੱਚ ਤਕਰੀਬਨ 8-9 ਰੋਟਾਵੇਟਰ, ਬ੍ਰੌਡਕਾਸਟਰ ਅਤੇ ਸੁਪਰ ਸੀਡਰ, ਸਬ ਸੋਇਲਰ, ਔਰ ਇੱਕ ਇਹ ਨਵੀਂ ਮਸ਼ੀਨ ਜਿਹੜੀ ਹੈ ਧਾਨ ਮਿੱਤਰਾ, ਇਹ ਵਾਲੀ ਦੇਖਣ ਨੂੰ ਸੁਪਰ ਆਪਣਾ ਰੋਟਾਵੇਟਰ ਲੱਗਦਾ। ਇਹ ਰੋਟਾਵੇਟਰ ਦਾ ਹੀ ਅਗਲਾ ਰੂਪ ਆ। ਅੱਛਾ ਜੀ। ਇਹਦੇ ਜੇ ਬਲੇਡ ਦੇਖੋਗੇ ਤੁਸੀਂ, ਇਹ ਵੀ ਇੱਕ ਵੱਖਰੀ ਕਿਸਮ ਦੇ ਤੁਹਾਨੂੰ ਲੱਗਣਗੇ। ਹਾਂ। ਔਰ ਬਲੇਡਾਂ ਦੇ ਬੈਕ ਸਾਈਡ ਤੇ ਇੱਕ ਕੰਘੀ ਲੱਗੀ ਹੋਈ ਆ। ਅੱਛਾ ਜੀ। ਜਿਹੜੀ ਕਿ ਆ ਦੇਖੋ, ਇਹ ਵਾਲੀ ਕੰਘੀ, ਇਹ ਤਾਰਾਂ ਲੱਗੀਆਂ ਹੋਈਆਂ ਜੀ। ਅੱਛਾ ਜੀ। ਇਹ ਤਾਰਾਂ ਜਿਹੜੀਆਂ ਲੱਗੀਆਂ ਵਾ, ਤਾਰਾਂ ਕੀ ਕਰਦੀਆਂ ਵਾ, ਪਹਿਲਾਂ ਕੱਦੂ ਹੋ ਜਾਂਦਾ, ਕੱਦੂ ਤੋਂ ਮਗਰ ਜੇ ਕੋਈ ਤੁਹਾਡੇ ਖੇਤ 'ਚ ਢੇਲੇ ਰਹਿ ਗਿਆ ਜਾਂ ਨਾੜ ਵਗੈਰਾ ਵਾ, ਉਹਨੂੰ ਥੱਲੇ ਹੀ ਨੱਪ ਦਿੰਦੀਆਂ। ਅੱਛਾ। ਉਸ ਤੋਂ ਬਾਅਦ ਮਗਰ ਇਹ ਜਿਹੜਾ ਇਹ ਫੱਟਾ ਲੱਗਾ ਹਾ, ਇਹ ਸੁਹਾਗਾ ਮਾਰੀ ਜਾਂਦਾ। ਇਹ ਕੱਦੂ ਕਰਨ ਵਾਸਤੇ? ਕੱਦੂ ਕਰਨ ਵਾਸਤੇ ਸਪੈਸ਼ਲ ਮਸ਼ੀਨ ਆ। ਠੀਕ ਹੈ। ਜਿਹੜੇ ਏਰੀਏ ਦੇ ਵਿੱਚ ਜ਼ਮੀਨਾਂ ਪਾਣੀ ਘੱਟ ਖਾਂਦੀਆਂ ਵਾ, ਹਾਂਜੀ, ਉਹਨਾਂ ਲਈ ਇਹ ਬਹੁਤ ਵਰਦਾਨ ਵਾਲੀ ਚੀਜ਼ ਆ, ਕਿਉਂਕਿ ਕੱਦੂ ਤੋਂ ਬਾਅਦ ਜਦੋਂ ਅਸੀਂ ਕਣਕ ਬੀਜਣੀ ਆ, ਔਰ ਇਹਦਾ ਖੇਤ ਤਿਆਰ ਕੀਤਾ ਹੋਇਆ ਜਿਹੜਾ ਵਾ ਉਹ ਜਲਦੀ ਵੱਤਰ ਆਊਗਾ, ਖੁਸ਼ਕ ਹੋਊਗਾ, ਔਰ ਜਿਹੜਾ ਨੋਰਮਲ ਰੋਟਾਵੇਟਰ ਨਾਲ ਦੂਜੀਆਂ ਮਸ਼ੀਨਾਂ ਨਾਲ ਕੱਦੂ ਕੀਤਾ ਹਾ, ਉਹ ਖੇਤ ਜਿਹੜਾ ਵਾ ਉਹ ਨਵੀਂ ਜ਼ਿਆਦਾ ਫਲ। ਮਤਲਬ ਕਿ ਜਿਵੇਂ ਆਪਾਂ ਦੂਜੇ ਕੱਦੂ ਕੀਤੇ ਵਾਹਣ ਦੇ ਵਿੱਚ ਸੱਬਲ ਮਾਰਨੀ ਪੈਂਦੀ, ਇਹਦੇ ਨਾਲ ਸੱਬਲ ਨਹੀਂ ਮਾਰਨੀ? ਸੱਬਲ ਨਹੀਂ ਮਾਰਨੀ ਪਊਗੀ, ਵੱਤਰ ਖੁਸ਼ਕ ਜਿਹੜਾ ਜਲਦੀ ਕਰੂਗਾ। ਹਾਂਜੀ। ਕਿਉਂਕਿ ਝੋਨਾ ਜਿਹੜਾ ਵਾ ਉਹ ਪਾਣੀ ਵਾਲੀ ਖੇਤੀ ਆ, ਜਿਹੜੀ ਮਗਰ ਫਸਲ ਬੀਜਣੀ ਚਾਹੇ ਆਲੂ ਚਾਹੇ ਕਣਕ ਆ, ਉਹ ਖੁਸ਼ਕ ਫਸਲਾਂ ਵਾ, ਖੁਸ਼ਕ ਖੇਤੀ ਆ, ਉਹਦੇ ਲਈ ਇਹ ਥੱਲੇ ਕਲਾਊਡ ਜਿਹੜੇ ਆ ਢੇਲੇ ਆ ਉਹ ਥੱਲੇ ਰਹਿਣਗੇ, ਉਹਨੂੰ ਨਹੀਂ ਕੁਛ ਹੋਊਗਾ, ਉੱਪਰ ਜਿਹੜਾ 2 ਇੰਚ ਦੀ ਲੇਅਰ ਆ ਉਹਦਾ ਚਿੱਕੜ ਬਣ ਜੂਗਾ, ਥੱਲੇ ਪਾਣੀ ਵੀ ਨਹੀਂ ਜਾਊਗਾ, ਔਰ ਜਿਹੜਾ ਜੜ੍ਹਾਂ ਦੀ ਗਰੋਥ ਆ ਝੋਨੇ ਦੀ ਉਹ ਵਧੀਆ ਹੋਊਗੀ, ਜਿੰਕ ਦੀ ਘਾਟ ਜਿਹੜੀ ਆ ਉਹ ਘੱਟ ਆਊਗੀ, ਉਹ ਚੀਜ਼ਾਂ ਸਾਰੀਆਂ ਕਿਤੇ ਨਾ ਕਿਤੇ ਐਡ ਕਰਦੀਆਂ। ਇਹਦੀ ਲੰਬਾਈ ਕਿੰਨੀ ਜੀ? ਇਹਦੀ ਲੰਬਾਈ 9 ਫੁੱਟ ਆ ਜੀ, ਔਰ ਜਿਹੜਾ ਇਹਨੂੰ 35 horsepower ਟਰੈਕਟਰ ਵੀ ਚਲਾ ਸਕਦਾ 9 ਫੁੱਟ ਨੂੰ, ਆਮ ਜਿਹੜੀਆਂ ਨੋਰਮਲ ਰੋਟਾਵੇਟਰ ਆ ਉਹਨੂੰ ਤਕਰੀਬਨ 50-55 HP 9-10 ਫੁੱਟ ਨੂੰ ਚਾਹੀਦਾ ਵਾ, ਇਹਨੂੰ 9 ਫੁੱਟ ਨੂੰ 25 to 30 ਬਲੇਡਾਂ ਦੀ ਗਿਣਤੀ ਵੀ ਜ਼ਿਆਦਾ ਵਾ, ਔਰ ਬਲੇਡਾਂ ਦੀ ਟਾਈਪ ਵੀ ਵੱਖਰੀ ਆ। ਹਾਂਜੀ, ਇਹਨੂੰ ਜੇ ਟਾਈਪ ਬਲੇਡ ਇਹਨੂੰ ਕਹਿੰਦੇ ਆ। ਸੈਕੰਡ ਇਹਦੇ ਜਿਹੜੇ RPM ਆ ਰੋਟਾਵੇਟਰ ਨਾਲੋਂ ਉਹ 2 ਗੁਣਾ ਹੈਗੇ ਆ। ਅੱਛਾ। RPM ਜ਼ਿਆਦਾ ਆ। ਠੀਕ ਹੈ। ਜੇ ਤੁਸੀਂ ਰੋਟਾਵੇਟਰ ਮੰਨ ਲਓ ਪਹਿਲੇ ਲੋਡ ਚਲਾਉਣੇ ਆ,
ਇਹਨੂੰ ਦੂਜੇ ਤੀਜੇ ਲੂਪ ਦੇ ਵਿੱਚ ਵੀ 3 ਗੁਣਾ ਸਪੀਡ ਵੱਧਦੇ ਵੀ ਚਲਾਓਗੇ ਤਾਂ ਪਿੱਛੇ ਪੂਰਾ ਕੱਦ ਵੀ ਵਧੀਆ ਕਰੂਗਾ ਔਰ ਸਫਾਈ ਵੀ ਪੂਰੀ ਦਊਗਾ। ਠੀਕ ਹੈ ਠੀਕ ਹੈ ਓਕੇ ਜੀ। ਖਾਸ ਕਰ ਜਿਹੜਾ ਝੋਨਾ ਮਸ਼ੀਨ ਨਾਲ ਲਾਉਂਦੇ ਆ ਵੀਰ, ਉੱਥੇ ਬਹੁਤ ਜ਼ਬਰਦਸਤ ਰਿਜ਼ਲਟ ਆਏ, ਮਤਲਬ ਪੂਰੀ ਸਫਾਈ ਹੋ ਜਾਂਦੀ ਕਿਉਂਕਿ ਉਹਨੂੰ ਉਸ ਮਸ਼ੀਨ ਨੂੰ ਬਿਲਕੁਲ ਉੱਚਾ ਨੀਵਾਂ ਥਾਂ ਬਿਲਕੁਲ ਨਹੀਂ ਚਾਹੀਦਾ। ਅਜੇ ਜੇ ਲੇਬਰ ਨਾਲ ਲਾਉਂਦੇ ਹਾਂ ਉੱਚਾ ਨੀਵਾਂ ਚੱਲ ਜਾਂਦਾ, ਜੋ ਵੀ ਘੁੰਡੀਆਂ ਵਗੈਰਾ ਉਹ ਵੀ ਥੱਲੇ ਨੱਪ ਦਿੰਦੇ ਹਾਂ, ਜੋ ਵੀ ਤੁਹਾਡਾ ਤਰਦਾ ਵਾ ਮੈਟਰ। ਇਹਦੀ ਕੀਮਤ ਜਿਹੜੀ ਆ ਜੀ, ਵੈਸੇ ਜਿਹੜੀ ਆ 1,95,000 ਕੀਮਤ ਆ, ਲੇਕਿਨ ਇਹਨੂੰ ਡਿਸਕਾਊਂਟ ਕਰਕੇ ਤੇ 1,75,000 ਰੁਪਈਆ ਇਹਦੀ ਕੀਮਤ ਆ। ਇਹ ਡਿਸਕਾਊਂਟ ਕਿੰਨਾ ਚਿਰ ਆ ਜੀ? ਇਹ ਡਿਸਕਾਊਂਟ ਇਸ ਸੀਜ਼ਨ ਤੇ ਅਸੀਂ ਦੇ ਰਹੇ ਹਾਂ ਕਿਉਂਕਿ ਨਵੀਂ ਮਸ਼ੀਨ ਆ, ਇਹਨੂੰ ਲਾਂਚ ਕੀਤਾ ਵਾ ਪਿਛਲੇ ਸਾਲ ਹੀ, ਤੇ ਜਿੱਦਾਂ ਜਿੱਦਾਂ ਅਵੇਅਰਨੈਸ ਆਉਂਦੀ ਆ ਤੇ ਅੱਗੇ ਫਾਰਮਰ ਟੂ ਫਾਰਮਰ ਲੈ ਰਹੇ ਆ। ਜਿਨ੍ਹਾਂ ਦੇ ਪਿਛਲੇ ਸਾਲ ਅਸੀਂ ਮਸ਼ੀਨਾਂ ਦਿੱਤੀਆਂ ਸੀ ਉਹਨਾਂ ਦੇ ਆਂਢ ਗੁਆਂਢ ਸਾਰੇ ਫਾਰਮਰ ਹੀ ਇਸ ਮਸ਼ੀਨ ਨੂੰ ਲੈ ਰਹੇ ਆ। ਓਕੇ ਓਕੇ, ਪਿਛਲੇ ਸਾਲ ਦੀ ਆਈ? ਹਾਂਜੀ ਹਾਂਜੀ। ਠੀਕ ਲਓ ਜੀ, ਹੁਣ ਆਪਾਂ ਐਕਸਪੋ ਤੋਂ ਬਾਅਦ ਇੱਥੇ ਆ ਗਏ ਹਾਂ, ਇਹਨਾਂ ਦਾ ਜਿਹੜਾ ਸ਼ੋਰੂਮ ਆ ਫਿੰਦ ਮਸ਼ੀਨਰੀ ਸਟੋਰ ਸੁਲਤਾਨਪੁਰ ਲੋਧੀ, ਅਤੇ ਆਪਣੇ ਨਾਲ ਹੋਣਗੇ ਜੀ ਸਰਦਾਰ ਰਣਜੀਤ ਸਿੰਘ ਜੀ, ਬਾਕੀ ਕੁਛ ਜਾਣਕਾਰੀ ਆਪਾਂ ਇਹਨਾਂ ਤੋਂ ਲੈਂਦੇ ਹਾਂ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਇਸ ਸ਼ੋਰੂਮ ਦੇ ਵਿੱਚ ਆਪਾਂ ਇੱਕ ਤਾਂ ਮਤਲਬ ਕਿ ਨਵਾਂ ਸਮਾਨ ਹੋ ਗਿਆ, ਐਪਲੀਮੈਂਟ ਹੋ ਗਏ ਨਾ ਸਾਰੇ ਤਰ੍ਹਾਂ ਦੇ, ਸ਼ਕਤੀਮਾਨ ਅਤੇ ਹੋਰ ਕੀ? ਸ਼ਕਤੀਮਾਨ ਤੋਂ ਬਿਨਾਂ ਗ੍ਰੇਮੇ ਹੋ ਗਿਆ, BCS ਦੇ ਪ੍ਰੋਡਕਟ ਹੋ ਗਏ। ਅੱਛਾ ਜੀ। ਇਹਨਾਂ ਸਾਰੀਆਂ ਚੀਜ਼ਾਂ 'ਤੇ ਜਿਹੜੀ ਹੈਗੀ ਆ ਸਰਕਾਰ ਵੱਲੋਂ ਸਬਸਿਡੀ ਦਿੱਤੀ ਜਾ ਰਹੀ ਆ। ਹਾਂ ਠੀਕ ਹੈ। ਅਤੇ ਉਸ ਤੋਂ ਅੱਗੇ ਆ ਗਿਆ ਪਲਾਂਟ ਉੱਪਰ ਹੋ ਗਿਆ, ਪਲੱਸ ਰਿਜ ਪਲੰਟਰ ਹੋ ਗਿਆ। ਅੱਜ ਦੇ ਸਮੇਂ ਦੀ ਮੁੱਖ ਲੋੜ ਕਿਸਾਨਾਂ ਦੀ ਜਿਹੜੀ ਹੈਗੀ ਆ ਵੱਟਾਂ ਬਣਾਉਣ ਦੀ ਹੈਗੀ ਆ, ਉਹ ਬੜੀ ਤਕੜੀ ਸਮੱਸਿਆ ਸੀ। ਉਹਦਾ ਇਸ ਵੇਲੇ ਜਿਹੜਾ ਹੈਗਾ ਨਵੀਂ ਮਸ਼ੀਨ ਆਈ ਆ, ਵੀਡੀਓ ਤੁਸੀਂ ਦੇਖ ਲਈ ਹੋਣੀ ਆ। ਠੀਕ। ਉਸ ਤੋਂ ਅੱਗੇ ਜਿਹੜੇ ਮੰਨ ਲਓ ਦੁਕਾਨਦਾਰ ਵੀਰਾਂ ਨੂੰ ਇੱਕ ਬੇਨਤੀ ਕਰਨੀ ਚਾਹਾਂਗਾ, ਜਿਹੜੇ ਦੁਕਾਨਦਾਰ ਵੀ ਕਹਿੰਦੇ ਆ ਸਾਨੂੰ ਸ਼ਕਤੀਮਾਨ ਦਾ ਸਮਾਨ ਨਹੀਂ ਮਿਲਦਾ, ਹਾਂਜੀ, ਜਾਂ ਉਹ ਲੈਣਾ ਚਾਹੁੰਦੇ ਆ ਅਤੇ ਉਹਨਾਂ ਕੋਲ ਕੋਈ ਹੱਲ ਨਹੀਂ ਹੈਗਾ, ਉਹ 98,141,99,377 'ਤੇ ਸੰਪਰਕ ਕਰਨ, 98,141,99,377 'ਤੇ ਹੋਲਸੇਲ 'ਤੇ ਸ਼ਕਤੀਮਾਨ ਦਾ ਕੋਈ ਵੀ ਪਾਰਟਸ ਜਿਹੜਾ ਵਾ, ਰੂਟਾਵੇਟਰ ਬਲੇਡ ਜਿਹੜਾ ਵਾ ਉਹ ਅਸੀਂ ਮੁਹੱਈਆ ਕਰਵਾ, ਛੋਟੀ ਪੈਨ ਤੋਂ ਲੈ ਕੇ ਵੱਡੇ ਤੋਂ ਵੱਡਾ ਪਾਰਟਸ, ਕੋਈ ਨਿੱਕੇ ਤੋਂ ਨਿੱਕਾ ਨਟ, ਵੱਡੇ ਤੋਂ ਵੱਡੀ ਜੋ ਵੀ ਚੀਜ਼ ਚਾਹੀਦੀ ਹੈਗੀ ਆ। ਇਸ ਵੇਲੇ ਬਹੁਤ ਸਾਰੇ ਕਿਸਾਨਾਂ ਦੇ ਫੋਨ ਆਉਂਦੇ ਆ ਅਤੇ ਬਹੁਤ ਸਾਰੇ ਦੁਕਾਨਦਾਰਾਂ ਦੇ ਫੋਨ ਆਉਂਦੇ ਆ, ਜਿਹੜੇ ਮੇਨ ਸਿੰਗਲ ਮਸ਼ੀਨ ਹੈਗੀ ਆ ਮੱਕੀ ਕੱਟਣ ਵਾਲੀ, ਉਹਦੇ ਪਾਰਟਸ ਦੀ ਬਹੁਤ ਜ਼ਿਆਦਾ ਸ਼ੋਰਟੇਜ ਹੈਗੀ ਆ, ਅਤੇ ਸਾਡੀ ਕੋਸ਼ਿਸ਼ ਹੋਊਗੀ ਕਿ ਹਰ ਦੁਕਾਨਦਾਰ ਨੂੰ ਹਰ ਜ਼ਿਮੀਦਾਰ ਨੂੰ ਜਿਹੜਾ ਵਾ ਉਹ ਸਮਾਨ ਮੁਹੱਈਆ ਕਰਵਾ ਸਕੀਏ। ਕਿਸੇ ਵੀ ਤਰ੍ਹਾਂ ਦੀ ਮਸ਼ੀਨ ਦਾ ਪਾਰਟਸ ਕੋਈ ਚਾਹੀਦਾ ਵਾ ਤਾਂ ਥਿੰਨ ਮਸ਼ੀਨਰੀ ਸਟੋਰ ਸੁਲਤਾਨਪੁਰ ਲੋਧੀ ਨਾਲ ਸੰਪਰਕ ਕਰੇ, ਹਰ ਤਰ੍ਹਾਂ ਦਾ ਸਮਾਨ ਮੁਹੱਈਆ ਕਰਾਵਾਂਗੇ। ਜੇਕਰ ਕਪੂਰਥਲਾ, ਜਲੰਧਰ, ਮੋਗਾ, ਤਰਨ ਤਾਰਨ ਸਾਡੇ ਆਲੇ ਦੁਆਲੇ ਜ਼ਿਲ੍ਹਿਆਂ ਦੇ ਵਿੱਚ ਕਿਤੇ ਵੀ ਕਿਸੇ ਨੂੰ ਪ੍ਰੋਬਲਮ ਹੈਗੀ ਆ ਮਸ਼ੀਨ ਦੀ, ਠੀਕ ਆ, ਉਹ ਸਾਡੇ ਨਾਲ ਸੰਪਰਕ ਕਰੇ। 1-2 ਦਿਨ ਲੱਗਣਗੇ, ਅਸੀਂ ਉਹਦੇ ਜਿਹੜੀ ਹੈਗੀ ਆ ਘਰੇ ਜਾ ਕੇ ਮਸ਼ੀਨ ਦਾ ਹੱਲ ਵੀ ਕਰ ਦਾਂਗੇ। ਨਹੀਂ, ਜਿਹੜਾ ਆਪਣੇ ਇੱਥੇ ਵਰਕਸ਼ਾਪ ਦੇ ਵਿੱਚ ਰਿਪੇਅਰ ਤੁਸੀਂ ਕਰਦੇ ਹੋ, ਜਿਹੜੀ ਵਰਕਸ਼ਾਪ ਦੇ ਵਿੱਚ ਰਿਪੇਅਰ ਕਰਦੇ ਹਾਂ ਉਹਦਾ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਹੈਗਾ ਅਸੀਂ ਚਾਰਜ ਲੈਂਦੇ ਹਾਂ, ਪਲੱਸ ਆਕਸੀਜਨ 'ਤੇ ਜਿਹੜੀ ਹੈਗੀ ਆ ਉਹ ਲੇਬਰ ਫ੍ਰੀ ਵੀ ਹੁੰਦੀ ਆ। ਠੀਕ। ਹਰ ਤਰ੍ਹਾਂ ਦਾ ਜਿਹੜਾ ਪਾਰਟਸ, ਹਰ ਤਰ੍ਹਾਂ ਦਾ ਮਕੈਨਿਕ ਵਰਕਸ਼ਾਪ ਦੇ ਸਾਡੇ ਕੋਲ ਮੌਜੂਦ ਆ, ਹਰ ਤਰ੍ਹਾਂ ਦੀ ਮਸ਼ੀਨ ਜਿਹੜੀ ਹੈਗੀ ਆ ਉਹ ਹੈਗੀ ਆ, ਅਤੇ ਗੰਨਾ ਨਾਲ ਕੰਮ ਹੁੰਦਾ ਵਾ, ਫਾਸਟ ਹੁੰਦਾ ਵਾ। ਇਹ ਨਹੀਂ ਵੀ ਜਿਹੜਾ ਬੰਦਾ ਸਵੇਰ ਨੂੰ ਮਸ਼ੀਨ ਲੈ ਕੇ ਆ ਗਿਆ ਉਹਨੂੰ ਦੂਜਾ ਜਾਂ ਤੀਜਾ ਦਿਨ ਨਹੀਂ ਲੱਗੂਗਾ, ਉਹਨੂੰ ਸ਼ਾਮ ਤੱਕ ਅਸੀਂ ਵਾਪਸ ਕਰ ਦਾਂਗੇ। ਸਭ ਤੋਂ ਵੱਡੀ ਗੱਲ ਵੀ ਸਮਾਨ ਹੈ ਨਾ ਓਰੀਜਨਲ, ਓਰੀਜਨਲ ਆ ਤਾਂ ਮਿਲੂਗਾ, ਡੁਪਲੀਕੇਸੀ ਨਹੀਂ ਮਿਲੂਗਾ, ਡੁਪਲੀਕੇਸੀ ਮਿਲੂਗਾ, ਓਰੀਜਨਲ ਹੋਊਗਾ ਤਾਂ ਮਿਲੂਗਾ, ਸਰਵਿਸ ਹੋਊਗੀ। ਠੀਕ ਹੈ, ਸਪੇਅਰ ਪਾਰਟ ਹੋਊਗਾ ਜੀ। ਠੀਕ ਹੈ, ਠੀਕ ਆ। ਅਤੇ ਕਿਸੇ ਵੀ ਤਰ੍ਹਾਂ ਦੇ ਕਿਸਾਨ ਨੂੰ ਕੋਈ ਪ੍ਰੋਬਲਮ ਆ ਤਾਂ ਪਹਿਲੀ ਗੱਲ ਮਕੈਨਿਕ ਫੋਨ 'ਤੇ ਹੱਲ ਕਰ ਦੇਣਗੇ, ਜੇਕਰ ਫੋਨ 'ਤੇ ਹੱਲ ਨਹੀਂ ਹੋਣਾ ਤਾਂ ਉੱਥੇ ਮਕੈਨਿਕ ਭੇਜ ਦਾਂਗੇ। ਸਾਡੇ ਕੋਲ ਸਪੈਸ਼ਲ ਵੈਨ ਹੈਗੀ ਇਸ ਕੰਮ ਲਈ, ਉਹ ਵੈਨ ਪਿੰਡਾਂ 'ਚ ਜਾਂਦੀ ਆ। ਠੀਕ ਹੈ, ਉਹਦਾ ਹੱਲ ਹੋ ਜਾਂਦਾ। ਓਕੇ ਓਕੇ, ਚਲੋ ਠੀਕ ਹੈ ਵੀਰ ਜੀ, ਧੰਨਵਾਦ ਜੀ, ਓਕੇ, ਸਤਿ ਸ਼੍ਰੀ ਅਕਾਲ।